हाँ जी, जिवें आपां तुहानू सारी अपडेट दिंदे रहिंदे आ, जिवें अपने बकरी मेले लगदे हैगे वख वख जगहां ते, अपने मालवे खेत्र दे विच बकरी मेले लग रहे हैगे, उत्थे अज बाई जी की शुभ नाम तुहाडा? मेजर सिंह। बाई मेजर सिंह जुड़े हुए ने दिन मंगलवार पिंड करमगढ़ औतां वाली मानसा मंडी नेड़े पैंदी है जी। हाँ जी, मानसा मंडी, मानसा मंडी नेड़े पैंदी है, सिद्धू मूसेवाल दा पिंड नाल है, सिद्धू मूसेवाल दा पिंड नाल पैंदा है। ते बाई जी बहुत बहुत बधाईआं तुहानू, मुबारकां बकरी मेले दीआं। सब तो पहला तो ये दसो भी किन्निया मंडिया होगा, तो कहे तरीके थोड़े मन च गलबात आई भी यार आप बकरी मेले लाइए? मंडिया भी साड़ी 15वीं 16वीं मंडी हुई है, 15वीं 16वीं मंडी वधिया भरदी है, बहुत वधिया भरदी है जी। ठीक है, बहुत माल आउंदा, वधिया सौदे हुंदे है। ठीक है, असीं तां इही कह के चलाए भी जिहड़े बंदे अज तक आपां ਵੀ ਬਾਹਰ ਨੂੰ ਭੱਜੇ ਜਾ ਰਹੇ, ਹਾਂਜੀ ਹਾਂਜੀ, ਉਹ ਵੀਹ ਪੱਚੀ ਲੱਖ ਰੁਪਏ ਲਾ ਕੇ ਬਾਹਰ ਜਾਂਦਾ ਹੈ। ਇਹ ਜਿਹੜਾ ਕਿੱਤਾ ਹੈ ਇਹ ਲੱਖ ਰੁਪਏ ਲੱਖ ਲਈ ਚੱਲ ਪੈਂਦਾ ਹੈ, ਤੇ ਬਹੁਤ ਮੁਨਾਫਾ ਹੈ ਤੇ ਸਾਲ 'ਚ 20,000 ਨਾਲ ਸਟਾਰਟ ਕਰ ਲੈਂਦਾ ਵੀ ਬੰਦੇ ਕਿੱਥੋਂ ਜੇ ਪੈਸੇ, ਇਹ ਬੰਦਾ 20-30,000 ਨਾਲ ਵੀ ਸਟਾਰਟ ਹੋ ਜਾਂਦਾ ਤੇ ਨਾਲੇ ਕਿੱਤੇ ਨਾਲ ਜੁੜਦਾ, ਨਾਲੇ ਮੁਨਾਫਾ ਹੁੰਦਾ ਹੈ। ਖੇਤੀ ਘਾਟੇ ਦਾ ਵਪਾਰ ਬਣ ਗਿਆ, ਇਸ ਕਰਕੇ ਆਪਾਂ ਨੂੰ ਉੱਧਰ ਉਸ ਨੂੰ ਛੱਡ ਕੇ ਇਸ ਕਿੱਤੇ ਵੱਲ ਜੁੜਨਾ ਚਾਹੀਦਾ, ਜਿਹਦੇ ਨਾਲ ਨਾਲ ਤੁਰ ਗਏ ਉਧਰੋਂ ਵੀ ਵਾਧਾ ਹੋ ਜੂ ਪਰਮਾਤਮਾ ਦੀ ਕਿਰਪਾ ਨਾਲ, ਤੇ ਇਧਰੋਂ ਵੀ ਸਪੋਰਟ ਮਿਲ ਜੂ, ਇੱਕ ਦੂਜੀ ਚੀਜ਼ ਦੀ ਸਪੋਰਟ ਮਿਲ ਜੂ। ਜੇ ਥੋੜਾ ਜਿਹਾ ਉਧਰੋਂ ਘਾਟਾ ਪੈ ਗਿਆ ਤਾਂ ਪਸ਼ੂਆਂ ਦਾ ਨਹੀਂ ਠੀਕ ਹੈ, ਜੇ ਇਧਰੋਂ ਥੋੜਾ ਜਿਹਾ ਘੱਟ ਕੰਮ ਚੱਲਿਆ ਤਾਂ ਫਸਲ ਵੀ ਹੁੰਦੀ ਹੈ। ਤੇ ਅੱਜ ਬਈ ਹੋਰ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਆਈਆਂ ਆਪਣੇ ਕੋਲ? ਤੇ ਬੀਟਲ ਹੈ ਜੀ, ਹਾਂਜੀ, ਮਰ ਵੀ ਆਈਆਂ ਜੀ, ਮੁਰਗੇ ਵਗੈਰਾ ਵੀ ਆ, ਖਰਗੋਸ਼ ਵਗੈਰਾ ਵੀ ਆਈਆਂ, ਹਾਂਜੀ, ਮੁਰਗੇ ਵੀ ਆਈਆਂ, ਕੁੱਤੇ ਵੀ ਆਏ ਆ ਜੀ। ਠੀਕ ਹੈ ਜੀ, ਚਿੜੀਆਂ ਵੀ ਆਉਂਦੀਆਂ ਜੀ। ਤੇ ਬਾਈ ਜੀ ਕਿੰਨੇ ਕੁ ਖੁਸ਼ੀ ਹੈ ਵੀ ਤੁਸੀਂ ਮੇਲੇ ਲਾ ਰਹੇ ਹੋ ਤੇ ਰੁਜ਼ਗਾਰ ਵੀ ਕਾਫੀ ਸਾਰੇ ਲੋਕਾਂ ਨੂੰ ਮਿਲ ਗਿਆ, ਪੈਸੇ ਕਮਾ ਕੇ ਜਾਂਦਾ ਹਰੇਕ? ਸਾਨੂੰ ਖੁਸ਼ੀ, ਸਾਡਾ ਮਨ ਇਸ ਕਰਕੇ ਖੁਸ਼ ਹੋਇਆ ਬਾਈ ਜੀ, ਇੱਕ ਤਾਂ ਰੁਜ਼ਗਾਰ ਮਿਲਦਾ ਲੋਕਾਂ ਨੂੰ, ਦੂਜਾ ਜਿਹੜੇ ਬਾਈ ਅੱਜ ਕੱਲ ਨਵੀਂ ਪੀੜ੍ਹੀ ਆਪਣੀ ਨਸ਼ੇ ਕਿੰਨੀ ਜਾਂਦੀ ਉਹ ਇੱਧਰ ਨੂੰ ਮੁੜਨ ਲੱਗੀ ਹੈ, ਬਹੁਤ ਚੰਗੀ ਸੋਚ ਹੈ, ਨਾਲੇ ਤਾਂ ਜਵਾਕ ਬਚ ਰਹਿਣਗੇ ਤੇ ਨਾਲੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਤੇ ਨਾਲੇ ਪੈਸਾ ਬਣੂਗਾ, ਬਿਲਕੁਲ ਆ ਦੋ ਕੰਮ ਹੋਣਗੇ। ਅੱਜ ਦਾ ਜਿਹੜਾ ਬੱਕਰੀ ਮੇਲਾ ਕਿਵੇਂ ਆ, ਵਧੀਆ ਭਰਿਆ? ਬਹੁਤ ਵਧੀਆ ਭਰਿਆ ਹੋਇਆ, ਹਰ ਤੁਸੀਂ ਦੇਖੋ ਸਾਰੇ ਰੌਣਕ ਲੱਗੀ, ਸਾਰੇ ਰੌਣਕ ਲੱਗੀ, ਬਿਲਕੁਲ ਦਿਖਾਵਾਂਗੇ, ਸਾਰੇ ਸੌਦੇ ਵਗੈਰਾ ਹੋਣਗੇ ਸਾਰੇ ਆਪਾਂ ਦਿਖਾਵਾਂਗੇ। ਤੇ ਲਾਟਰੀ ਦਾ ਪ੍ਰੋਸੈਸ ਫਿਰ ਦੱਸ ਦਿਓ ਥੋੜਾ ਜਿਹਾ। ਇਹ ਜਿਹੜੀ ਲਾਟਰੀ ਅਸੀਂ 3 ਵਜੇ ਕੱਢਾਂਗੇ ਜੀ, ਸਹੀ 3 ਵਜੇ ਲਾਟਰੀ, 3 ਵਜੇ ਕੱਢਾਂਗੇ, 10 ਨਾਮ ਹੈ 100 ਰੁਪਏ ਦੇ ਵਿੱਚ। ਠੀਕ ਹੈ ਜੀ, ਬਸ ਘੰਟਾ ਕੁ ਬਾਕੀ ਰਹਿ ਗਿਆ ਜੀ, ਘੰਟੇ ਕੁ ਤੱਕ ਲਾਟਰੀ ਹੈ ਜੀ, ਉਹ ਕੱਢਾਂਗੇ। ਉਹ ਖੁਸ਼ੀ ਹੈ ਵੀ ਆਪ ਨੂੰ ਮਿਲ ਗਿਆ ਰੁਜ਼ਗਾਰ ਤੇ ਨਾਲ ਨਾਲ ਪਤਾ ਹੀ ਨਹੀਂ ਹੁਣ 100 ਬੰਦਾ ਤਾਂ ਇੱਥੇ ਖੜਾ ਹੀ ਹੈ ਲਗਭਗ 100-150 ਬੰਦਾ ਦਾ, ਖੁਸ਼ੀ ਤਾਂ ਇਹ ਸਾਡਾ ਤਾਂ ਜਿਹੜਾ ਰਹਿ ਤੇਰੇ ਆਉਣ ਵਾਲੇ ਉਹਨਾਂ ਨੂੰ ਵੀ ਖੁਸ਼ੀ ਹੈ ਜੀ, ਭਲੇ ਦਾ ਕੰਮ ਆ ਉਹਨਾਂ ਨੂੰ, ਉਹ ਵੀ ਪੈਸੇ ਬਣਾ ਕੇ। ਕਿਉਂਕਿ ਸਾਡੇ ਪਿੰਡਾਂ ਦੇ ਨੇੜੇ ਪਹਿਲਾਂ ਕੋਈ ਬੱਕਰੀ ਲੱਗ ਮੇਲਾ ਲੱਗਦਾ ਨਹੀਂ ਸੀ, ਬਿਲਕੁਲ ਲੱਗਣ ਲੱਗਿਆ ਤੇ ਵਾਧੂ ਮਾਲ ਆਉਂਦਾ, ਵਾਧੂ ਸੌਦੇ ਹੁੰਦੇ। ਸਾਰਿਆਂ ਨੂੰ ਬੇਨਤੀ ਕਰ ਦੱਸ ਦਿਓ ਕਿੱਥੇ ਜੇ ਲੱਗਦਾ ਜੇ ਬੰਦੇ ਨੇ ਆਉਣਾ ਹੋਵੇ ਦੋਨੇ ਪਾਸੇ। ਇਹ ਜਿਹੜੀ ਸਾਡੀ ਮੰਡੀ ਹੈ ਜੀ, ਆਰ ਮੰਗਲਵਾਰ ਪਿੰਡ ਕਰਮਗੜ ਔਤਾਂ ਵਾਲੀ ਲੱਗਦੀ ਹੈ, ਇਹ ਮਾਨਸਾ ਤੋਂ ਤਲਵੰਡੀ ਸਾਬੋ ਰੋਡ ਹੈ ਜਿਹੜੀ, ਇਹ ਪਿੰਡ ਸਿੱਧੂ ਮੂਸੇਵਾਲ ਦੇ ਪਿੰਡ ਦੇ ਨਾਲ ਹੈ, ਉਧਰੋਂ ਥਰਮਲ ਬਨਾਲੀ ਦੇ ਨਾਲ ਹੈ। ਠੀਕ ਹੈ, ਤੇ ਥਰਮਲ ਤੋਂ ਇਹ 2 ਕਿਲੋਮੀਟਰ ਤੇ, ਸਿੱਧੂ ਮੂਸੇਵਾਲ ਦੇ ਪਿੰਡ ਤੋਂ 3 ਕਿਲੋਮੀਟਰ ਦੀ ਸਥਿਤ ਹੈ, ਜੀਟੀ ਰੋਡ ਦੇ ਉੱਤੇ ਜੋ ਮਾਨਸਾ ਤੋਂ ਤਲਵੰਡੀ ਸਾਬੋ ਰੋਡ। ਠੀਕ ਹੈ, ਹਰ ਮੰਗਲਵਾਰ ਲੱਗਦੀ ਹੈ, ਹਰ ਮੰਗਲਵਾਰ ਜੀ ਪਿੰਡ ਕਰਮਗੜ ਔਤਾਲੀ ਜ਼ਰੂਰ ਪਹੁੰਚਿਆ ਕਰੋ ਬੱਕਰੀ ਮੇਲੇ ਤੇ। ਤੁਸੀਂ ਇੱਥੇ ਬੀਟਲ ਲੈ ਕੇ ਆ ਸਕਦੇ ਹੋ, ਬਰਬਰਗੰਜ ਕਾਫੀ ਦੇਖੀਆਂ ਪਹੁੰਚੀਆਂ ਹੋਈਆਂ ਤੇ ਕਾਟੂ ਮਾਲ ਵੀ ਪਹੁੰਚਦਾ ਹੈਗਾ, ਜਿਵੇਂ ਮੁਰਗੀਆਂ ਲੈ ਕੇ ਆ ਸਕਦੇ ਹੋ, ਕਤੂਰੇ ਲੈ ਸਕਦੇ ਹੋ, ਬਾਈ ਇੱਕ ਤੋਤੇ ਲੈ ਕੇ ਆਇਆਗਾ ਜੋ ਬੱਕਰੀ ਕਿਸਮ ਦੀ ਕੋਈ ਆਈਟਮ ਹੈ ਜਿਹੜੀ ਬੱਕਰੀਆਂ ਦੇ ਮੇਲੇ ਦੇ ਨਾਲ ਰਿਲੇਟਡ ਹੋਵੇ, ਉਹ ਚੀਜ਼ਾਂ ਤੁਸੀਂ ਸਾਰੀਆਂ ਛੋਟੇ ਪੱਧਰ ਦੀਆਂ ਜਿਹੜੀਆਂ ਛੋਟੀਆਂ ਲੈ ਕੇ ਆ ਸਕਦੇ ਹੋ, ਉਹਦੇ ਵਿੱਚ ਵਧੀਆ ਕਮਾਈ ਹੁੰਦੀ ਸੀ ਉਸ ਪਾਸੇ ਵੱਲ, ਹੈਂਜੀ, ਬਿੱਲਾਂ ਵੀ ਲੈ ਕੇ ਆਇਆ ਸੀ, ਮੇਰਾ ਖਿਆਲ ਆਸਟ੍ਰੇਲੀਆ ਦੀ ਵਰਾਇਟੀ ਸੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਛੋਟੀ ਛੋਟੀਆਂ ਗੱਲਾਂ ਦੇ ਨਾਲ ਆਪਣਾ ਰੁਜ਼ਗਾਰ ਹੈ ਜਿਹੜਾ ਸਟੈਂਡ ਹੋ ਜੂਗਾ, ਤੇ ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਮਿੰਟ ਜੀ, ਬਾਈ ਗੁਲਾਬ ਭਾਗੀਵੰਦਰ ਬੱਕਰੀ ਮੇਲਾ ਬਾਈ ਜੁੜੇ ਹੋਏ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਬਾਈ, ਪਿੰਡਾਂ ਦੀ ਗੱਲ ਚੈਨਲ, ਸ਼ੁਕਰੀਆ, ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਕਿ ਬੱਕਰੀ ਮੇਲਿਆਂ ਦੇ 8 ਦਿਨ ਹੀ ਮੇਲਿਆਂ ਦੇ ਵਿੱਚ ਰਹਿੰਦੇ ਜੀ। ਬਿਲਕੁਲ ਬਾਈ ਜੀ, 7 ਦਿਨ ਹੁੰਦੇ ਹੈਗੇ, 7 ਹੁੰਦੇ ਹਨਾ ਮੇਲਾ? ਹਾਂਜੀ ਹਾਂਜੀ, ਇੱਕ ਬਾਈ ਨੇ ਨਵਾਂ ਪੈਦਾ ਕਰਤਾ ਜਿਵੇਂ ਨੁਸਰਤ ਫਤਿਹ ਅਲੀ ਖਾਨ, ਵੀ ਜਿਹੜੇ ਦੁਨੀਆ ਦੇ ਵਿੱਚ 7 ਸੁਰਾਂਗਾਂ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਨਾਂ ਇਸ ਕਰਕੇ ਨੁਸਰਤ ਫਤਿਹ ਅਲੀ ਖਾਨ ਸੀ, ਉਹਨੇ 7 ਸੁਰਾਂ ਹੁੰਦੀਆਂ ਤੇ ਉਹਨੇ 9 ਸੁਰਾਂ 2 ਅਧਰੂਣੀ ਤੌਰ ਤੇ ਕੋਲੋਂ ਪੈਦਾ ਕਰਤੀਆਂ ਸੀ ਕੁਦਰਤ ਤੋਂ ਵੀ ਬਾਹਰ, ਨੁਸਰਤ ਫਤਿਹ ਅਲੀ ਖਾਨ। 7 ਦਿਨ ਹੁੰਦੇ ਆ ਬਾਈ ਦੇ, ਇੱਕ ਨਵਾਂ ਦਿਨ ਬਣਾਤਾ ਉਹਦਾ ਨਾਂ ਰੱਖਾਂਗੇ ਫਿਰ, ਤੇ 7 ਦਿਨ ਹੀ ਮੈਂ 30 ਦਿਨ ਯਾਨੀ ਕਿ ਪੂਰਾ ਮਹੀਨਾ ਮੰਡੀਆਂ ਤੇ ਹੁੰਦਾਗਾ। ਤੇ ਬਾਈ ਜੀ ਤੁਸੀਂ ਆਪ ਮੇਲਾ ਲਾਉਂਦੇ ਹੋ, ਵਧੀਆ ਮੇਲਾ ਭਰਦਾ ਤੁਹਾਡਾ ਗੜਾ, ਹਨਾ ਜੀ? ਬਹੁਤ ਵਧੀਆ, ਬਹੁਤ। ਤੇ ਮੈਂ ਤੁਹਾਨੂੰ ਦੇਖਿਆ ਵੀ ਸਾਰੀਆਂ ਮੰਡੀਆਂ ਤੇ ਤੁਸੀਂ ਜਾਂਦੇ ਹੋ, ਹਾਂਜੀ, ਪੂਰੇ ਸਪੋਰਟ ਕਰਦੇ ਹੋ, ਉਹਦਾ ਕੀ ਕਾਰਨ ਹੈ, ਕੀ ਸੋਚ ਹੈ ਤੁਹਾਡੀ ਮਨ ਦੀ ਵੀ ਤੁਸੀਂ 7-6 ਦਿਨ ਆਪਦਾ ਕੰਮ ਹੀ ਨਹੀਂ ਲੋਟ ਆਉਂਦਾ, ਮੇਲੇ ਵਾਲਿਆਂ ਨੂੰ ਫੋਨ ਕਰਨੇ ਹੁੰਦੇ ਬਾਈ ਆ ਜਾਓ ਇੱਧਰ ਦੀ ਆਉਣਾ ਵਪਾਰਕਾਂ ਨੂੰ ਫੋਨ, ਹਨਾ, ਕੀ ਕਾਰਨ ਹੈ? ਕਾਰਨ ਤਾਂ ਬਾਈ ਦੇਖੋ ਜੀ, ਆਪਾਂ ਹੁਣ ਬਾਹਰ ਘਰੋਂ ਜਾਵਾਂਗੇ ਤਾਂ ਫੇਰ ਹੀ ਲੋਕਾਂ ਨੂੰ ਪਤਾ ਲੱਗਦਾ ਵੀ ਆਹ ਬਾਈ ਮੰਡੀ ਲਾਉਂਦੇ ਆ, ਹੁਣ ਇਹ ਬਾਈ ਵੀ ਪਹੁੰਚਦੇ ਆਪਣੇ ਹਰੇਕ ਮੰਡੀਆਂ 'ਤੇ ਜਾਂਦੇ ਆ, ਜਾਣ ਪਛਾਣ ਵੱਧਦੀ ਆ ਬਾਈ ਜਾਣ ਨਾਲ। ਠੀਕ ਹੈ, ਤੇ ਹਾਂ ਹਰ ਐਤਵਾਰ ਭਾਗੀਵੰਦਰ ਆਪਾਂ ਮੰਡੀ ਲਾਉਂਦੇ ਆ, ਜੋ ਕਿ ਬਹੁਤ ਵਧੀਆ ਮੰਡੀ ਭਰਦੀ ਆ। ਠੀਕ ਹੈ, ਹਾਂਜੀ, ਬਹੁਤ ਯੂਪੀ ਹਰਿਆਣਾ ਰਾਜਸਥਾਨ
लंगर पानी प्रबंध प्रबंध करो हर मंगलवार सो परमात्मा सारे वीर चढ़ती कला च रखे। पहली गल रौनक लग जाए जिथे सारे भरा है ते इन्ने बंदे जे सोचते हो भी बेरोजगारी कटना है गा तो असी इस काम दे विच सफल हो सकते हैं। जे अज इत्थे 250-300 बंदा खड़ा होया तो वह सारे बेरोजगारी कटने लई इत्थे हौसले नाल खड़े आ ते इसे तरह ही जुड़े रहो। जिहड़े भी वीर रुजगार चाहते हैं जो बकरी पालन के धंधे को प्यार करते हैं जो छोटे छोटे कारोबारा प्यार करते भी खेती के सहायक धंधे अपना लगे तो जिम्मे बई मेजर से अपने ना बई मेजर सिंह बई गुलाब सिंह करके सपोर्ट करी जाते हैं मेहनत करी जाते भी रुजगार तुरे तो सारे अपने चैनल में पिंडा की गल फेसबुक एंड यूट्यूब से फॉलो भरा बन के जरूर कर लो। तो रापर कदों है जी? सवेरे रापर बकरी मेला जी रापर नाल ही है पिंड बनाली दे जी ना रापर पूरा प्रबंध है लंगर पानी का चाह पानी का प्रबंध पूरा करांगे। बाकी मेरा वीर सहयोग देन बाकी रोजगार चंगा है जिहड़ा बंदा करूगा तां उह तड़के चाहे जो पता लग गया हजार रुपये घट तो कदू भाई तेन पैसे गूगल पे कर देंगे ठीक है ना पशु तेरे को खड़ा गया मैं बाद च लै जाऊंगा कोई चक्कर नहीं चाहे 10 दिनों लै जा पैसे तेन गूगल पे करते यानी मौके ते वो चीज़ कामयाब होंगी जी सू रुजगार दी है बेनीफिट दी है। बकरी पालन का धंधा 5-7 हज़ार ना भी गरीब बंदा शुरू कर सकता है इस खेत्र वाल आना चाहिए। मंगलवार को पिंड करमगढ़ औताली बकरी मेले से हाजिरी लवाया करो तो बाई रापर ला रहा बकरी मेला बुधवार को इतने जरूर सारे वीर ने पहुंचना है। बाकी वीर एक बेनती है बाई की ऐतवार को बकरी मेला ਭਾਗੀ ਬੰਦਰ ਭਾਈ ਗਲਾਬ ਜੇ ਇੱਕ ਇਹ ਚੀਜ਼ ਹੈ ਬਾਈ ਜੀ ਜੇ ਹੁਣ ਗਰੀਬ ਬੰਦਾ ਹੈ ਉਹਦਾ ਲੋਨ ਵੀ ਹੁੰਦਾ ਹੈ ਬਿਲਕੁਲ ਇਹ ਚੀਜ਼ ਮਨੀ ਵੀ ਆਪਾਂ ਨੂੰ ਗਰੀਬ ਬੰਦੇ ਨੂੰ ਲੋਨ ਨਹੀਂ ਪੈਂਦੀ ਬੈਂਕ ਤੋਂ ਲੋਨ ਲੈ ਸਕਦਾ ਹੈ ਸਬਸਿਡੀ ਵੀ ਮਿਲੂਗੀ ਉਹ ਚ ਬਿਲਕੁਲ ਗਰੀਬ ਬੰਦੇ ਕੋਲ ਨਹੀਂ ਪੈਸਾ ਤਾਂ ਉਹ ਬੈਂਕ ਕੋਲੇ ਮਿਲੇ ਜਾ ਕੇ ਬਿਲਕੁਲ ਉਹਨੂੰ ਰੋਜ਼ਗਾਰ ਮਿਲੂਗਾ ਜੇ 50,000 ਰੁਪਇਆ ਵੀ ਕੋਲੇ ਆ ਗਿਆ ਪੰਜ ਪੱਠਾ ਲੈਣ ਦੀਆਂ 10,000 ਦੀਆਂ ਬਿਲਕੁਲ ਉਹ ਜੋ ਆਪੀ ਵੱਜ ਜੂਗਾ ਵੱਜ ਜਾਂਦੇ ਹੋਰ ਕੰਮ ਕਰਨ ਦੀ ਲੋੜ ਨਹੀਂ ਬਾਜੀ ਜੇ ਤੁਸੀਂ ਇੱਕ 15 ਪਸ਼ੂ ਮਹੀਨੇ ਦੇ ਵਿੱਚ ਦੇ ਤੋ ਮੰਨ ਲਓ ਵੀ 1000 ਬਣ ਗਿਆ 2000 30-35 ਹਜ਼ਾਰ ਰੁਪਇਆ ਤੁਹਾਨੂੰ ਜੇ ਬੰਦਾ ਤੁਹਾਡੇ ਪਰਿਵਾਰ ਵੱਧ ਕੇ ਪਲੇ ਸੋ ਇਹਨਾਂ ਬੱਕਰੀ ਮੇਲਿਆਂ ਤੇ ਆ ਕੇ ਇਹਨਾਂ ਦਾ ਮਾਣ ਵਧਾਇਆ ਕਰੋ ਤੇ ਨਮਾਰ ਜਗਾਰ ਪੈਦਾ ਕਰੋ। ਬਹੁਤ ਸ਼ੁਕਰੀਆ ਧੰਨਵਾਦ ਬਾਈ ਗੱਗੀ ਆਇਆ ਹੋਏਗਾ ਸੌਦੇ ਕਰਵਾਉਂਦੇ ਆਪਾਂ ਦੇਖਦੇ ਕਿਹੜੇ ਤਰੀਕੇ ਨਾਲ ਸੌਦੇ ਕਰੋ ਸ਼ੁਕਰੀਆ ਅਗੇ ਠੀਕ ਹੈ ਬਹੁਤ ਵਧੀਆ ਪ੍ਰਾਲਾ ਇਹਦੇ ਨਾਲ ਮੰਡੀ ਦਾ ਥੋੜਾ ਜਿਹਾ ਉਤਸ਼ਾਹ ਵੱਧਦਾਗਾ ਜੀ ਲੋਕ ਨੌਜਵਾਨ ਹੋਣਗੇ ਲੋਕ ਰੋਜ਼ਗਾਰ ਜੁੜਨਗੇ ਜੁੜਨਗੇ ਜੀ ਜੁੜਨਗੇ ਮਤਲਬ ਆਪਣਾ ਕੰਮ ਹੀ ਹੈ ਲੋਕਾਂ ਨੂੰ ਰੋਜ਼ਗਾਰ ਮਿਲੇ ਹਾਂਜੀ ਅੱਜ ਦਾ ਮੇਲਾ ਕਿਵੇਂ ਰਿਹਾ ਵੈਸੇ ਬਾਈ ਜੀ ਬਹੁਤ ਵਧੀਆ ਮੇਲਾ ਜੀ 3 ਵਜੇ ਚੱਲ ਰਿਹਾ 3 ਵਜਣ ਵਾਲਿਆ ਬਸ ਲਾਟਰੀ ਵੀ ਕੱਢਣੇ ਲਾਟਰੀ ਨਿਕਲਣ ਵਾਲੀ ਆ 10-15 ਮਿੰਟ ਜੋ ਆਪਦਾ ਕਰਕੇ ਪਰਚੀਆਂ ਇਕੱਠੀਆਂ ਦੇ ਸਾਰਿਆਂ ਦੇ ਸਾਹਮਣੇ ਕੱਢਣਗੇ ਜੀ ਡਰਾ ਇੱਕ ਨਾ ਬਾਈ ਆਪਣੇ ਨੌਜਵਾਨਾਂ ਨੂੰ ਅਪੀਲ ਕਰ ਦਿਓ ਵੀ ਇਹ ਧੰਦਾ ਕਿਵੇਂ ਦੱਸ ਦਿਓ ਮੜਾ ਜੀ ਵੀ ਆ ਜਾਓ ਇਧਰ ਹਨ ਬਹੁਤ ਵਧੀਆ ਧੰਦਾ ਬਾਈ ਜੀ ਜਿੰਨੇ ਮਰਜ਼ੀ ਇਧਰ ਰੁਪਏ ਕਮਾ ਸਕਦੇ ਆ ਠੀਕ ਹੈ ਕੋਈ ਬੜਾ ਵੱਡਾ ਕੰਮ ਨਹੀਂ ਹੈਗਾ 20,000 ਰੁਪਏ ਨਾਲ ਕੰਮ ਆਪਣਾ ਰੁੜ ਪੂਗਾ ਕੰਮ ਰੁੜ ਪਿਆ ਤੇ ਨਾਲ ਦੀ ਨਾਲ ਕਿਤੇ 1000 ਬਣ ਗਿਆ ਕਿਤੇ 500 ਬਣ ਗਿਆ ਆਪੇ ਹੌਲੀ ਹੌਲੀ ਨਸ਼ੇ ਤੋਂ ਦੂਰ ਹੁੰਦੇ ਜਾਣਗੇ ਜੀ ਮੈਨੂੰ ਲੱਗਦਾ ਕਿ ਜੇ 5-7 ਹਜ਼ਾਰ ਦਾ ਚੱਲਣਾ ਹੋਵੇ ਪੱਠ ਜੀ ਲੈ ਕੇ ਤਾਂ ਵੀ ਚੱਲ ਪੂਗਾ ਤਾਂ ਹਾਂ 5-7 ਹਜ਼ਾਰ ਨਾਲ ਵੀ ਚੱਲ ਪੈਂਦਾ ਬਸ ਉਸ ਛੋਟੇ ਮੈਂ ਥੋੜਾ ਛੋਟਾ ਨਾਗ ਲੈ ਲਿਆ ਜੀ ਛੋਟਾ ਨਾਗ ਲੈ ਕੇ ਗਾਂ ਵੇਚਦਾ 1000 ਬਣ ਗਿਆ ਉਹਦੇ ਤੋਂ 5 ਤੋਂ 6 ਬਣ ਜੂ 6 ਤੋਂ 7-8 ਐ ਹੌਲੀ ਹੌਲੀ ਤਾਂ ਉਹਨੂੰ ਹੌਲੀ ਹੌਲੀ ਟਾਈਮ ਲੱਗ ਜੂ ਥੋੜਾ ਜਿਹਾ ਵਿੱਚ ਟਾਈਮ ਤਾਂ ਲੱਗਦਾ ਜੀ ਸ਼ੁਕਰੀਆ ਕਿ 5-4 ਮਹੀਨੇ ਤਾਂ ਲੱਗਦੇ ਬਾਈ ਕਲਦੀਪ ਤੁੰਗਾਲੀ ਵੇਚ ਕੇ ਆਏ ਵੱਖਰਾ ਹਾਂਜੀ ਹਾਂ ਬਾਈ ਕਲਦੀਪ ਕਿਉਂਕਿ ਜੁੜੇ ਹੋਏ ਸੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਐ ਸੋ ਅੱਗੇ ਆਪਾਂ ਦਿਖਾਉਂਦੇ ਆ ਲਾਟਰੀ।